ਤਰ੍ਹਾਂ ਦਾ ਟੁੱਟ ਚੁੱਕਿਆ ਸੀਗਾ ਮੇਰਾ ਵਿਸ਼ਵਾਸ, ਏਜੰਟਾਂ ਤੋਂ ਖਤਮ ਹੋ ਗਿਆ, ਇਮੀਗ੍ਰੇਸ਼ਨ ਤੋਂ ਵੀ ਕੋਈ ਸਹੀ ਗਾਈਡ ਕਰ ਸਕਦਾ। ਮੈਂ ਹੱਥ ਜੋੜ ਕੇ ਫਿਰ ਸਰ ਥੈਂਕ ਯੂ ਕਰਦਾ ਵਾਰ ਵਾਰ, ਕਿਉਂਕਿ ਉਮੀਦ ਬਿਲਕੁਲ ਖਤਮ ਹੋ ਚੁੱਕੀ ਸੀਗੀ। ਪਰ ਜਦੋਂ ਤੁਹਾਡੇ ਕੋਲ ਆਏ ਹਾਂ ਵੀ ਮੈਨੂੰ ਨਹੀਂ ਲੱਗਦਾ ਵੀ ਇੱਦੋਂ ਸੱਚੀ ਸੁੱਚੀ ਜਗ੍ਹਾ ਵੀ ਹੋਰ ਕੋਈ ਹੈ। ਸ਼ੁਕਰੀਆ। ਮਾਈਗ੍ਰੇਟ ਫਿਨਲੈਂਡ ਔਨ ਵਰਕ ਪਰਮਿਟ ਵਿਦ ਸਪਾਊਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਤੋਂ। ਅੱਜ ਸਾਡੇ ਭਰਾ ਦਾ ਫਿਨਲੈਂਡ ਦਾ ਵਰਕ ਪਰਮਿਟ ਆਇਆ ਜੀ, ਸਤਵੰਤ ਸਿੰਘ ਜੀ ਦਾ, ਗੁੜਿਆਂ ਪਿੰਡ ਤੋਂ ਜਗਰਾਓਂ ਦੇ ਨੇੜੇ ਹੈ। ਇਹਨਾਂ ਦੀ ਫਾਈਲ ਬੜੀ ਕੰਪਲੀਕੇਟਡ ਸੀਗੀ। ਪੰਜਾਬ ਦੇ ਵਿੱਚ ਇਹਨਾਂ ਨੇ ਬਹੁਤ ਜਗ੍ਹਾ ਜਗ੍ਹਾ ਗਏ, ਇੱਕ ਜਗ੍ਹਾ ਇਹਨਾਂ ਨਾਲ 20 ਲੱਖ ਦਾ ਫਰੋਡ ਵੀ ਹੋਇਆ ਚੰਡੀਗੜ੍ਹ ਦੇ ਵਿੱਚ। ਇਹਨਾਂ ਨੂੰ ਪੁੱਛਾਂਗੇ ਕਿ ਇਹਨਾਂ ਦੀ ਜਰਨੀ ਕਿੱਦਾਂ ਦੀ ਰਹੀ। ਸਤਵੰਤ, ਕਿੱਦਾਂ ਦੀ ਜਰਨੀ ਰਹੀ ਸਾਡੇ ਨਾਲ ਤੁਹਾਡੀ? ਸਰ ਬਹੁਤ ਵਧੀਆ। ਮੈਂ ਕਹਿੰਦਾ ਵੀ ਮੈਂ ਸੋਚ ਵੀ ਨਹੀਂ ਸਕਦਾ ਸੀ ਸਰ ਵੀ, ਕਿਉਂਕਿ ਤਰ੍ਹਾਂ ਦਾ ਟੁੱਟ ਚੁੱਕਿਆ ਸੀਗਾ ਮੇਰਾ ਵਿਸ਼ਵਾਸ, ਏਜੰਟਾਂ ਤੋਂ ਖਤਮ ਹੋ ਗਿਆ ਇਮੀਗ੍ਰੇਸ਼ਨ ਤੋਂ ਵੀ ਕੋਈ ਸਹੀ ਗਾਈਡ ਕਰ ਸਕਦਾ। ਪਰ ਜਦੋਂ ਤੁਹਾਡੇ ਕੋਲ ਆਏ ਹਾਂ ਵੀ ਮੈਨੂੰ ਨਹੀਂ ਲੱਗਦਾ ਵੀ ਇੱਦੋਂ ਸੱਚੀ ਸੁੱਚੀ ਜਗ੍ਹਾ ਵੀ ਹੋਰ ਕੋਈ ਹੈ ਇਮੀਗ੍ਰੇਸ਼ਨ ਦੀ। ਬਹੁਤ ਬਹੁਤ ਮੈਂ ਹੱਥ ਜੋੜ ਕੇ ਫਿਰ ਸਰ ਥੈਂਕ ਯੂ ਕਰਦਾ ਵਾਰ ਵਾਰ, ਬਹੁਤ, ਕਿਉਂਕਿ ਉਮੀਦ ਬਿਲਕੁਲ ਖਤਮ ਹੋ ਚੁੱਕੀ ਸੀਗੀ। ਆਈ ਕੈਨ ਅੰਡਰਸਟੈਂਡ, ਕਿਉਂਕਿ ਤੁਸੀਂ ਇੱਕ, ਇਹ ਨਹੀਂ ਹੈਗਾ ਵੀ ਏਜੰਟਾਂ ਦੇ ਤੌਰ ਤੇ ਸਾਡੇ ਨਾਲ ਪੇਸ਼ ਆਇਓ, ਇੱਕ ਫੈਮਿਲੀ ਦੇ ਤੌਰ ਤੇ ਇਦਾਂ ਲੱਗਦਾ ਸੀ ਵੀ ਫੈਮਿਲੀ ਮੈਂਬਰ ਹੀ ਨੇ। ਦੇਖੋ ਤੁਸੀਂ ਐਜ਼ ਏ ਬ੍ਰਦਰ ਦੇ ਤੌਰ ਤੇ ਗਾਈਡ ਕੀਤਾ, ਤੇ ਮੈਂ ਕਹਿੰਦਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਭਰਾ, ਬਹੁਤ ਬਹੁਤ। ਮੈਂ ਹਮੇਸ਼ਾ ਸਾਰਿਆਂ ਨੂੰ ਇਹੀ ਕਹੂੰਗਾ ਵੀ ਪਲੀਜ਼ ਇੱਕ ਗੇਰੀ ਤੁਸੀਂ ਵਿਜਿਟ ਜ਼ਰੂਰ ਕਰੋ, ਆ ਕੇ ਲਵਪ੍ਰੀਤ ਸਰ ਕੋਲ ਇੱਕ ਵਾਰੀ ਜ਼ਰੂਰ ਆਓ। ਸ਼ੁਕਰੀਆ ਜੀ, ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਤਰੱਕੀਆਂ ਦੇਵੇ। ਸੋ ਇੱਕ ਲਾਈਵ ਐਗਜ਼ਾਮਪਲ ਹੈ ਜੀ ਤੁਹਾਡੇ ਸਾਹਮਣੇ। ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਗਰ ਤੁਹਾਡੀ ਫਾਈਲ ਅਸੀਂ ਲਈਏ ਤਾਂ ਉਸਨੂੰ ਵੀਜ਼ਾ ਤੱਕ ਲੈ ਕੇ ਆਈਏ। ਸਾਡਾ ਪਰਪਜ਼ ਜਾਂ ਮਕਸਦ ਸਿਰਫ ਉਹ ਏਜੰਟਸ ਵਾਂਗੂ ਨਹੀਂ ਹੈ ਕਿ 20-50 ਹਜ਼ਾਰ ਲਈ ਅਸੀਂ ਫਾਈਲ ਲੈ ਲਈਏ ਔਰ ਫਰਦਰ ਪ੍ਰੋਸੀਡ ਕਰੀਏ। ਜੇ ਫਾਈਲ ਹੋਣ ਵਾਲੀ ਹੈ ਅਸੀਂ ਕਰਦੇ ਹਾਂ, ਅਦਰਵਾਈਜ਼ ਅਸੀਂ ਨਹੀਂ ਕਰਦੇ। ਤੁਹਾਡੇ ਇੱਕ ਕਜ਼ਨ ਆਏ ਸੀ ਮੇਰੇ ਖਿਆਲ ਕੈਨੇਡਾ, ਕਹਿੰਦੇ ਸੀ ਜੀ ਹਾਂਜੀ ਉਹ ਤੁਸੀਂ ਕਰਵਾ ਦਿਉ, ਬਟ ਐਲੀਜੀਬਲ ਨਹੀਂ ਸੀਗੇ ਉਹ। ਉਹ ਵੀ ਦੇਖ ਲਓ ਸਰ, ਉਹ ਕਿੰਨਾ 40-45 ਲੱਖ ਰੁਪਇਆ ਕਹਿ ਰਿਹਾ ਸੀ ਸਰ ਨੂੰ ਵੀ ਮੇਰੇ ਤੋਂ ਲੈ ਲਓ ਵੀ ਕੈਨੇਡਾ ਦਾ ਸਾਡਾ ਕਿਵੇਂ ਮਰਜ਼ੀ ਭੇਜੋ। ਸਰ ਨੇ ਜਵਾਬ ਦਿੱਤਾ ਵੀ 40 ਨਹੀਂ 45 ਨਹੀਂ, ਵੀ ਮੈਂ ਲੈ ਲੈਣਾ, 6 ਮਹੀਨੇ ਲੈ ਕੇ ਰੱਖੂ, ਸਾਲ ਲੈ ਕੇ ਰੱਖੂ, ਮੈਂ ਬਾਅਦ 'ਚ ਵਾਪਸ ਕਰ ਦੂੰਗਾ, ਵੀ ਇੱਦਾਂ ਦਾ ਸਾਡੇ ਕੋਲ ਕੋਈ ਕੰਮ ਹੈ ਹੀ ਨਹੀਂ, ਮੈਂ ਫਾਈਲ ਹੀ ਤੁਹਾਡੀ ਤਾਂ ਫੜੂੰਗਾ ਵੀ ਜੇ ਮੈਂ ਉਹ ਤੁਹਾਡਾ ਕੰਮ ਕਰਕੇ ਦੇ ਸਕਦਾ। ਸੋ ਐਗਜੈਕਟਲੀ ਹੋਣਾ ਵੀ ਇੱਦਾਂ ਹੀ ਚਾਹੀਦਾ। ਹਾਂਜੀ ਸਰ, ਐਕਚੁਅਲ ਦੇ ਵਿੱਚ ਨਾ, ਸੋ ਜਿਹੜੀ ਟਰੂ ਐਂਡ ਫੇਅਰ ਪਿਕਚਰ ਹੈਗੀ ਅਸੀਂ ਉਹਦੇ ਨਾਲ ਕੰਮ ਕਰਦੇ ਹਾਂ। ਜੇ ਤੁਹਾਡੀ ਫਾਈਲ ਐਲੀਜੀਬਲ ਹੋਏਗੀ ਅਸੀਂ ਲਵਾਂਗੇ, ਅਦਰਵਾਈਜ਼ ਤੁਹਾਨੂੰ ਰਸਤਾ ਦੱਸ ਦੇਵਾਂਗੇ ਕਿ ਇੱਦਾਂ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ, ਜਾਂ ਤੁਹਾਨੂੰ ਕਿਸੇ ਹੋਰ ਕੰਟਰੀ ਚੂਜ਼ ਕਰ ਲੈਣੀ ਚਾਹੀਦੀ ਹੈ। ਸੋ ਡੈਨਮਾਰਕ, ਫਿਨਲੈਂਡ, ਲੈਟਵੀਆ, ਮਾਲਟਾ, ਬਹੁਤ ਸਾਰੀ ਕੰਟਰੀਜ਼ ਹੈ ਕੈਨੇਡਾ, ਆਸਟ੍ਰੇਲੀਆ, ਯੂਕੇ ਨੂੰ ਛੱਡ ਕੇ ਜਿੱਥੇ ਤੁਸੀਂ ਅੱਜ ਦੇ ਟਾਈਮ 'ਚ ਮਾਈਗ੍ਰੇਟ ਹੋ ਸਕਦੇ ਹੋ। ਜਿਸ ਤਰ੍ਹਾਂ ਤੁਸੀਂ ਇਹਨਾਂ ਦਾ ਵਰਕ ਪਰਮਿਟ ਦੇਖਿਆ ਹੈਗਾ ਫਿਨਲੈਂਡ ਦਾ, ਤੁਹਾਡਾ ਵੀ ਆ ਸਕਦਾ ਹੈ। ਤੁਸੀਂ ਅੱਜ ਹੀ ਸੰਪਰਕ ਕਰੋ ਵੈਨਿਊਰ ਇੰਗਲਿਸ਼, ਯੂ ਕੈਨ ਡਾਇਰੈਕਟਲੀ ਕਾਲ ਮੀ ਐਟ 7973160270। ਸਤਿ ਸ਼੍ਰੀ ਅਕਾਲ।